ਰਜਿੰਦਰ ਸਿੰਘ ਬੇਦੀ ਦੀ ਕਹਾਣੀ ਹੈ ਤੁਲਾਦਾਨ ਤੋਬੀਆਂ ਦੇ ਘਰ ਜੇ ਗੁਰਾ ਚਿੱਟਾ ਬਲ ਜੰਪ ਹੋਵੇ ਤੋ ਉਹਦਾ ਨਾਮ ਬਾਉ ਰੱਖ ਦਿੱਤਾ ਜਾਂਦਾ ਹੈ ਸਾਧੂ ਰਾਮ ਦੇ ਘਰ ਬਾਉ ਨੇ ਜਨਮ ਲਿਆ ਤੇ ਉਹ ਸਿਰਫ ਬਾਉ ਦੀ ਸ਼ਕਲ ਸੂਰਤ ਤਾਂ ਹੀ ਸੀਮਤ ਨਹੀਂ ਸੀ ਰਿਹਾ ਜਦੋਂ ਵੱਡਾ ਹੋਇਆ ਤਾਂ ਉਹਦੀਆਂ ਸਾਰੀਆਂ ਆਦਤਾਂ ਬਾਉਆਂ ਵਰਗੀਆਂ ਸਨ ਮਾਂ ਨੂੰ ਨਫ਼ਰਤ ਨਾਲ ਇਹ ਯੂ ਤੇ ਪਿਓ ਨੂੰ ਚਾਲੋ ਇਹ ਕਹਿਣਾ ਉਹਨੇ ਪਤਾ ਨਹੀਂ ਕਿੱਥੋਂ ਸਿੱਖ ਲਿਆ ਸੀ ਉਹਦੀ ਆਕੜ ਭਰੀ ਆਵਾਜ਼ ਮੜਕ ਨਾਲ ਤੁਰਨਾ ਬੂਟਾਂ ਸਮੇਤ ਚੌਂਕੇ 'ਚ ਵੜ ਜਾਣਾ ਦੁੱਧ ਉੱਪਰਲੀ ਮਲਾਈ ਨਾ ਖਾਣਾ ਸਾਰੀਆਂ ਸਿਫਤਾਂ ਬਾਹੂਆਂ ਵਾਲੀਆਂ ਹੀ ਤਾਂ ਸਨ ਤੇ ਜਦੋਂ ਹੁਕਮ ਦੇਣ ਵਾਲੀ ਆਵਾਜ਼ ਟ ਬੋਲਦਾ ਚੱਲੋ ਹੀ ਕਹਿੰਦਾ ਤਾਂ ਸਾਧੂ ਰਾਮ ਖੀਖੀ ਕਰਕੇ ਪੀਲੇ ਦੰਦ ਕੱਢ ਵਿਖਾਉਂਦਾ ਤੇ ਪੂਰਾ ਬਾਹੂ ਆ ਕੇ ਕੇ ਚੁੱਪ ਹੋ ਜਾਂਦਾ ਬਾਹੂ ਜਦੋਂ ਸੁਖਨੰਦਨ ਅੰਮ੍ਰਿਤ ਤੇ ਹੋਰ ਅਮੀਰ ਜ਼ਾਦਿਆਂ ਨਾਲ ਖੇਡਦਾ ਤਾਂ ਕਿਸੇ ਨੂੰ ਪਤਾ ਨਾ ਲੱਗਦਾ ਕਿ ਉਹਸ ਮਾਲਾ ਦਾ ਮਣਕਾ ਨਹੀਂ ਸੱਚ ਤਾਂ ਇਹ ਹੈ ਕਿ ਈਸ਼ਵਰ ਸਭ ਜੀਵ ਜੰਤੂ ਨੰਗੇ ਕਰਕੇ ਇਸ ਦੁਨੀਆ ਚ ਭੇਜ ਦਿੰਦਾ ਹੈ ਕੋਈ ਬੋਲੀ ਪੜਤ ਨਹੀਂ ਸਿਖਾਉਂਦਾ ਇਹ ਨਾਦਾਰ ਲਖਪਤੀ ਮਹਾ ਬ੍ਰਾਹਮਣ ਪਨੋਟ ਹਰੀਜਨ ਲੰਗੂਆ ਫਰਨੀਕਾ ਸਾਰੀਆਂ ਲੋਕਾਂ ਦੀਆਂ ਬਾਧੀਆਂ ਕੱਡੀਆਂ ਕਾਡਾਂ ਨੇ ਬੁੱਧਈ ਦੇ ਪੁਰਵਾ ਵਾਸੀਆਂ ਚ ਸੁਖਾਨੰਦਨ ਦੇ ਮਾਪਿਓ ਖਾਂਦੇ ਪੀਂਦੇ ਆਦਮੀ ਸਨ ਤੇ ਸਾਧੂ ਰਾਮ ਤੇ ਦੂਜੇ ਆਦਮੀ ਉਹਨਾਂ ਨੂੰ ਖਾਂਦੇ ਪੀਂਦੇ ਵੇਖਣ ਵਾਲੇ ਸੁਖਨੰਦਨ ਦਾ ਜਨਮ ਦਿਨ ਆਇਆ ਤਪੁਰਵਾ ਦੇ ਵੱਡੇ ਵੱਡੇ ਨੇਤਾ ਗਣ ਦੇ ਪੰਡਾਰੇ ਗਣਪਤ ਮਹਾ ਬ੍ਰਾਹਮਣ ਵਗੈਰਾ ਖਾਣੇ ਤੇ ਬੁਲਾਏ ਗਏ। ਢਾਲਚੰਦ ਤੇ ਗਣਪਤ ਮਹਾ ਬ੍ਰਾਹਮਣ ਦੋਵੇਂ ਮੋٹے ਮੋٹے ਆਦਮੀ ਸੀ ਤੇ ਲਗਭਗ ਹਰੇਕ ਦਅਵਤ ਚ ਵੇਖੇ ਜਾਂਦੇ ਸੀ। ਉਹਨਾਂ ਦੇ ਵਧੇ ਹੋਏ ਢਿੱਡ, ਛੇਠਾਂ ਪਤਲੀ ਜੀ ਤੋਤੀ, ਤੋਤੀ ਛੇਠ ਲੰਗੁੱਟੀ, ਮੋٹے ਤਾਜ਼ੇ ਜਿਸਮ ਉੱਤੇ ਜਨੇਊ ਵੱਡਾ ਸਾਰਾ ਚੰਦਨ ਦਾ ਟਿੱਕਾ ਵੇਖ ਕੇ ਬਹੁ ਨੂੰ ਈਰਖਾ ਹੁੰਦੀ ਸੀ। ਭਲਾ ਇਹ ਵੀ ਕੋਈ ਈਰਖਾ ਕਰਨ ਵਾਲੀ ਗੱਲ ਸੀ। ਸ਼ਾਇਦ ਇੱਕ ਨਿੱਕਾ ਜਿਹਾ ਮਲੂਕ ਸਰੀਰ ਬਾਹੂ ਬਣਨ ਤੋਂ ਪਿੱਛੋਂ ਮਨੁੱਖਾਂ 'ਚ ਥੁਲਥੁਲਾ ਬੇਡੋਲ ਪੰਡਤ ਬਣਨਾ ਚਾਹੁੰਦਾ ਤੇ ਪੰਡਤ ਬਣਨ ਪਿੱਛੋਂ ਇੱਕ ਮੋਈ ਜ਼ਮੀਰ ਵਾਲਾ ਗੁਨਾਹਗਾਰ ਇਨਸਾਨ ਤੇ ਅਛੂਤ ਵੀ ਦਾਲਚੰਦ ਤੇ ਗਣਪਤ ਮਹਾब्राह्मण ਦੇ ਚਰਿੱਤਰ ਬਾਰੇ ਬਹੁਤ ਸਾਰੀਆਂ ਗੱਲਾਂ ਮਸ਼ਹੂਰ ਸਨ ਇਹ ਇਨਸਾਨੀ ਸੁਭਾਅ ਦੀ ਤਸਵੀਰ ਹਰ ਜਗ੍ਹਾ ਰੰਗ ਵਿਖਾਉਂਦੀ ਹੈ ਬਾਹੂ ਨੇ ਵੇਖਿਆ ਜਿੱਥੇ ਪੰਡਾਰੀ ਮਹਾब्राह्मण ਪਨੋਟ ਆਏ ਹੋਏ ਸਨ ਉੱਥੇ ਹੀ ਉਮਦਾ ਮਰਾਸਣ ਹਰਖੂ ਜੜੀ ਦਾਦਾ ਕਰਿੰਦਾ ਤੇ ਦੋ ਤਿੰਨ ਝੂਠੀਆਂ ਪਤਲਾਂ ਤੇ ਡੂਨੇ ਚੁੱਕਣ ਵਾਲੇ ਚੋਰ ਵੀ ਨਜ਼ਰ ਆ ਰਹੇ ਸਨ ਜਦੋਂ 10-15 ਆਦਮੀ ਖਾ ਕੇ ਵਿਹਲੇ ਹੋ ਜਾਂਦੇ ਤਾਂ ਚੋਰ ਪਤਲਾਂ ਤੇ ਡੂਨੀਆਂ 'ਚ ਬਚੀਆਂ ਖੁਚੀਆਂ ਚੀਜ਼ਾਂ ਇੱਕ ਜਗ੍ਹਾ ਇਕੱਠੀਆਂ ਕਰਦੇ ਜਮਾਂਦਾਰਨੀ ਵਿਹੜੇ 'ਚ ਚਾਦਰ ਦਾ ਪੱਲਾ ਵਿਛਾਈ ਬੈਠੀ ਸੀ ਉਹ ਸਾਰੀਆਂ ਬਚੀਆਂ ਖੁਚੀਆਂ ਚੀਜ਼ਾਂ ਹਲਵਾ ਦਾਲ ਤੋੜੀਆਂ ਹੋਈਆਂ ਬੁਰਕੀਆਂ ਪਕੌੜਿਆਂ ਰਲੇ ਆਲੂ ਮਟਰ ਤੇ ਚੌਲ ਉਦੀ ਵਿਛੀ ਹੋਈ ਚਾਦਰ ਜਾਂ ਐਲਮੀਨੀਅਮ ਦੇ ਇੱਕ ਵੱਡੇ ਸਾਰੇ ਭੱਦੇ ਜੇ ਤਸਲੇ 'ਚਵਾ ਦਿੰਦੇ। ਉਹਦੇ ਸਾਹਮਣੇ ਸਾਰੀਆਂ ਚੀਜ਼ਾਂ ਦੀ ਖਿਚੜੀ ਦੇਖ ਕੇ ਬਾਉ ਤੁਰਿਆ ਨਾ ਗਿਆ ਬੋਲਿਆ ਜਮਾਦਾਰਨੀ ਕਿਵੇਂ ਖਾਏਂਗੀ ਇਹ ਚੀਜ਼ਾਂ? ਜਮਾਦਾਰਨੀ ਹੱਸ ਪਈ ਨੱਕ ਚੜਾ ਕੇ ਬੋਲੀ ਜਿਵੇਂ ਤੂੰ ਰੋਟੀਆਂ ਖਾਣਾ। ਇਸ ਅਜੀਬ ਤੇ ਸਦੀਵੀਂ ਜਵਾਬ ਨੇ ਬਾਉ ਦੀ ਠੁੱਕ ਨੂੰ ਠੋਕਰ ਮਾਰੀ ਬੋਲਿਆ ਕਿ ਐਡੀ ਨਾ ਸਮਝੇ ਤੂੰ ਇੰਨੀ ਗੱਲ ਵੀ ਨਹੀਂ ਸਮਝੀ। ਤਾਈਆਂ ਤਾਂ ਤੁਸੀਂ ਲੋਕ ਜੁੱਤੀਆਂ ਜੋੜਿਆਂ ਕੋਲ ਬੈਠਣ ਲਾਇਕੋ। ਹਲਾਲ ਖੋਰੀ ਦੀ ਅਕੜ ਲੁੱਕਾ ਨੂੰ ਵਿਰਸੇ ਚ ਮਿਲੀ ਹੁੰਦੀ ਐ ਮੱਥੇ ਵੱਟ ਪਾ ਕੇ ਜਵੰਦਾਰਨੀ ਬੋਲੀ ਤੇ ਤੁਸੀਂ ਤਾਂ ਅਰਸ਼ਾਂ ਤੇ ਬੈਠਣ ਲਾਇਕ ਹੋ ਹੈਨਾ ਐਵੇਂ ਹੀ ਨਰਾਜ਼ ਹੋ ਗਈ ਤੂਤਾ ਬਊ ਬੋਲਿਆ ਮੇਰਾ ਮਤਲਬ ਸੀ ਸਬਜ਼ੀ ਚ ਹਲਵਾ ਪਕੌੜਿਆਂ ਚ ਆਲੂ ਮਟਰ ਪੁਲਾ ਚ ਫਿਰਨੀ ਇਹ ਸਾਰੀਆਂ ਚੀਜ਼ਾਂ ਖਿਚੜੀ ਨਹੀਂ ਬਣ ਗਈਆਂ ਜਵੰਦਾਰਨੀ ਨੇ ਕੋਈ ਉੱਤਰ ਨਾ ਦਿੱਤਾ ਪੰਡਾਰੀ ਦੇ ਤੇ ਮਹਾ ਬ੍ਰਾਹਮਣ ਨੂੰ ਚੰਗੇ ਥਾਂ ਬਿਠਾਇਆ ਗਿਆ ਉਹ ਸਾਧੂਆਂ ਵਰਗੀ ਰੁਦਰਾਕਸ਼ ਦੀ ਮਾਲਾ ਗਲੇ 'ਚ ਪਾਈ ਕੁਣੱਖਾ ਜਿਹਾ ਵਾਰੀ-ਵਾਰੀ ਹੁੰਦਾ ਤੇ ਜਮਾਂਦਾਰਨੀ ਵੱਲ ਝਾਕਦੇ ਰਹੇ ਹੁੰਦਾ ਜਮਾਂਦਾਰਨੀ ਦੇ ਕੋਲ ਹੀ ਬੈਠੀ ਸੀ ਹਰ ਖੂ ਤੇ ਜੜੀ ਦਾਦਾ ਧੁੱਪ 'ਚ ਬੈਠੇ ਖਾ ਰਹੇ ਆਦਮੀਆਂ ਦੇ ਮੂੰਹਾਂ 'ਲੇਖ ਰਹੇ ਸਨ ਕਿ ਕਦੋਂ ਇਹ ਸਾਰੇ ਹਟਣ ਤੇ ਉਹਨਾਂ ਨੂੰ ਵੀ ਕੁਝ ਨਸੀਬ ਹੋਵੇ ਬਾਉ ਨੇ ਦੇਖਿਆ ਹੁੰਦਾ ਦੇ ਨੇੜੇ ਬਾਲਣ ਦੀ ਓਟ ਵਿੱਚ ਉਹਦੀ ਆਪਣੀ ਮਾਂ ਬੈਠੀ ਸੀ ਉਦੇ ਨੇੜੇ ਭਾਂਡੇ ਮਨਜਣ ਲਈ ਸਵਾ ਤੇ ਅੱਧ ਸੁੱਕੀਆਂ ਪਾਥੀਆਂ ਪਈਆਂ ਸਨ ਤੇ ਸਵਾ ਨਾਲ ਉਹਦਾ ਲਹਿੰਗਾ ਖਰਾਬ ਹੋ ਗਿਆ ਸੀ ਕਮੀਜ਼ ਵੀ ਖਰਾਬ ਹੋ ਰਹੀ ਸੀ ਖੈਰ ਕਮੀਜ਼ ਦੀ ਤਾਂ ਕੋਈ ਗੱਲ ਨਹੀਂ ਸੀ ਉਹ ਤਾਂ ਕਿਸੇ ਦੀ ਕਿਸੇ ਦੀ ਸੀ ਤੇ ਧੋਣ ਲਈ ਆਈ ਸੀ ਤੇ ਇੱਕ ਵਾਰੀ ਧੋ ਕੇ ਬਾਉ ਦੀ ਮਾਂ ਨੇ ਪਾ ਲਈ ਤਾਂ ਕੁਝ ਘਸ ਨਹੀਂ ਗਿਆ ਪਰਮਾਤਮਾ ਭਲਾ ਕਰੇ ਬੱਦਲਾਂ ਦਾ ਕਿ ਉਹਨਾਂ ਦੀ ਮਿਹਰਬਾਨੀ ਨਾਲੇ ਮੌਕਾ ਪਿਹੜਿਆ ਤੇ ਜਦੋਂ ਆਪਣੇ دوست ਸੁਖਨੰਦਰ ਨੂੰ ਮਿਲਣ ਲਈ ਬਾਉ ਨੇ ਅੱਗੇ ਵਧਣਾ ਚਾਹਿਆ ਤੇ ਇੱਕ ਆਦਮੀ ਨੇ ਉਹਨੂੰ ਚਪੇੜ ਵਖਾ ਕੇ ਥਾਵੇਂ ਰੋਕ ਦਿੱਤਾ ਤੇ ਕਿਹਾ ਖਬਰਦਾਰ ਧੋਬੀ ਦੇ ਬੱਚੇ ਦਿਸਦਾ ਨਹੀਂ ਕਿੱਧਰ ਵੜਿਆ ਜਾ ਰਿਹਾ ਬਾਉ ਰੁਕ ਗਿਆ ਸੋਚਣ ਲੱਗਿਆ ਉਸ ਨਾਲ ਲੜੇ ਜਾਂ ਨਾ ਲੜੇ ਝੋੜ ਦਾ ਕਮਾਇਆ ਹੋਇਆ ਸਰੀਰ ਵੇਖ ਕੇ ਉਹਨੂੰ ਥਾਵੇਂ ਰੁਕਣਾ ਪਿਆ ਤੇ ਉਹ ਵੀ ਹੋ ਜੇ ਬੱਚਾ ਸੀ ਭਲਾ ਐਡੇ ਵੱਡੇ ਆਦਮੀ ਦਾ ਮੁਕਾਬਲਾ ਕਿੰਜ ਕਰ ਸਕਦਾ ਸੀ ਉਨੇ ਕੋ ਦਾਸ ਟੁੱਟਮੀ ਜੀ ਨਿਗਾਹ ਚੰਗੀ ਥਾਵੇਂ ਬੈਠ ਕੇ ਖਾਣ ਵਾਲਿਆਂ ਤੇ ਪਾਥੀਆਂ ਦੀ ਗਿੱਲੀ ਸੁੱਕੀ ਸਵਾ ਤੇ ਜੁੱਤੀਆਂ ਕੋਲ ਬੈਠੇ ਮਾਨਸਾਵਲ ਦੇਖਿਆ ਤੇ ਮਨ ਹੀ ਮੰਨ ਗਿਆ ਭਾਵੇਂ ਸਾਰੇ ਨੰਗੇ ਪੈਦਾ ਹੋਏ ਨੇ ਪਰ ਇੱਕ ਕਾਮੇ ਤੇ ਇੱਕ ਬ੍ਰਾਹਮਣ ਚ ਕਿੰਨਾ ਫਰਕ ਹੈ ਫਿਰ ਦਿਲ ਚ ਕਹਿਣ ਲੱਗਾ ਸੁਖਨੰਦਰਨ ਤੇ ਬਾਊ ਚ ਕਿੰਨਾ ਫਰਕ ਹੈ ਤੇ ਹਲਕੀ ਜੀ ਇੱਕ ਪੀੜ ਉਹਦੇ ਕਾਲਜੇ ਚੁੱਠੀ ਅਸਲੀਅਤ ਤਾਂ ਬਾਊ ਦੇ ਸਾਹਮਣੇ ਸੀ ਪਰ ਉਹਦੇ ਅਸਲੀ ਰੂਪ ਨੂੰ ਦੇਖਣ ਤੋਂ ਖੁਦ ਵੀ ਘਬਰਾਉਂਦਾ ਸੀ ਬਾਉ ਦੇ ਲਈ دلਚਸਕਾਨ ਲੱਗਾ ਸਾਡੇ ਲੋਕਾਂ ਕਰਕੇ ਹੀ ਤਾਂ ਇਹ ਜਿਉਂਦੇ ਨੇ ਦਿਨ ਵਰਗੇ ਚਿੱਟੇ ਕੱਪੜੇ ਪਾਉਂਦੇ ਨੇ ਦਰਅਸਲ ਬਾਉ ਨੂੰ ਭੁੱਖ ਲੱਗੀ ਸੀ ਤੇ ਉਹਨਾਂ ਪਕੌੜਿਆਂ ਤੇ ਹਲਵੇ ਪੂਰੀਆਂ ਦੇ ਖਿਆਲਾਂ ਵਿੱਚ ਸਚਾਈ ਦੇ ਇਸ ਮਕਰੂ ਰੂਪ ਨੂੰ ਤਾਂ ਕੀ ਆਪਣੇ ਆਪ ਨੂੰ ਵੀ ਭੁੱਲ ਗਿਆ ਸੀ ਗਰਮਾ ਗਰਮ ਪੂਰੀਆਂ ਦੀ ਸਬਰ ਹਿਲਾ ਦੇਣ ਵਾਲੀ ਖੁਸ਼ਬੂ ਦੇ ਦਿਮਾਗ 'ਚ ਘੁੱਸੜਦੀ ਜਾ ਰਹੀ ਸੀ ਅਚਾਨਕ ਉਹਦੀ ਨਜ਼ਰ ਉਮਦਾ ਉੱਤੇ ਪਈ ਉਮਦਾ ਦੀ ਨਜ਼ਰ ਟੋਕਰੀ ਚ ਕੀ ਨਾਲ ਗੜੁੱਚ ਪੂਰੀਆਂ ਤੇ ਨਾਲ-ਨਾਲ ਤੁਰੀ ਫਿਰਦੀ ਸੀ ਤੇ ਜਦੋਂ ਸੁਖਨੰਦਰ ਦੀ ਮਾਂ ਨੇੜੇੋਂ ਲੰਗੀ ਤਾਂ ਉਹਦਾ ਧਿਆਨ ਖਿੱਚਣ ਲਈ ਹੁੰਦਾ ਬੋਲੀ ਜਜਮਾਨੀ ਜ਼ਰਾ ਹਲਵਾਈ ਨੂੰ ਤਾੜਖਾਂ ਦੇਖਦੇ ਨਹੀਂ ਕਿੰਨਾ ਘੇਓ ਚੋਂਦਾ ਜਾ ਰਿਹਾ ਜ਼ਮੀਨ ਉੱਤੇ ਤੇ ਜਜਮਾਨੀ ਕੜਕ ਕੇ ਬੋਲੀ ਓਏ ਕਿਸ਼ਨੂ ਹਲਵਾਈ ਨੂੰ ਕਹਿ ਜ਼ਰਾ ਪੂਰੀਆਂ ਕੜਾਈ ਚ ਦਬਾ ਕੇ ਕੱਢੇ ਤੇ ਬਾਹੂ ਹੱਸ ਪਿਆ ਹੁੰਦਾ ਸ਼ਰਮਿੰਦੀ ਜੀ ਹੋ ਗਈ ਬਾਹੂ ਜਾਣਦਾ ਸੀ ਹੁੰਦਾ ਇਹ ਸਭ ਸਿਰਫ ਇਸ ਕਰਕੇ ਕਹਿ ਰਹੀ ਹੈ ਕਿ ਉਹਦਾ ਆਪਣਾ ਜੀ ਪੂਰੀਆਂ ਖਾਣ ਨੂੰ ਕਰ ਰਿਹਾ ਹੈ ਭਾਵੇਂ ਜਜਮਾਨੀ ਦਾ ਧਿਆਨ ਖਿੱਚਣ ਵਾਲੇ ਇਸ ਵਾਕ ਤੋਂ ਉਹਦੀ ਇੱਛਾ ਦਾ ਪਤਾ ਨਹੀਂ ਸੀ ਲੱਗ ਰਿਹਾ ਉਹ ਹੈਰਾਨ ਸੀ ਤੇ ਸੋਚ ਰਿਹਾ ਸੀ ਕਿ ਜਿਸ ਤਰ੍ਹਾਂ ਉਹਨੇ ਉੰਦਾ ਦੇ ਉਹਨਾਂ ਅਰਥਹੀਨ ਸ਼ਬਦਾਂ 'ਚ ਲੁਕੇ ਹੋਏ ਅਸਲੀ ਅਰਥਾਂ ਨੂੰ ਸਮਝ ਲਿਆ ਸੀ ਕਿ ਇਹ ਵੀ ਸੰਭਵ ਹੈ ਕਿ ਉਹਦੀ ਚੁੱਪ ਤੋਂ ਕੋਈ ਉਹਦੇ ਅੰਦਰ ਦੀ ਗੱਲ ਵੀ ਸਮਝ ਲਵੇ ਆਖਰ ਚੁੱਪ ਬੋਲਾਂ ਨਾਲੋਂ ਵੱਧ ਅਰਥ ਭਰਪੂਰ ਹੁੰਦੀ ਹੈ ਉਸ ਵੇਲੇ ਸੁਖਨੰਦਨ ਤੁਲ ਰਿਹਾ ਸੀ ਸਜਾਈ ਹੋਏ ਕੰਡੇ ਤੱਕੜ ਦੇ ਇੱਕ ਪਾਲੜੇ 'ਚ ਬੈਠਾ ਚਾਰੇ ਪਾਸੇ ਵੇਖ ਕੇ ਮੁਸਕਰਾਇ ਜਾ ਰਿਹਾ ਸੀ। ਦੂਜੇ ਪਾਸੇ ਕਣਕ ਦਾ ਢੇਰ ਲੱਗਿਆ ਸੀ। ਕਣਕ ਦੇ ਇਲਾਵਾ ਚੌਲ, ਬਾਸਮਤੀ, ਛੋਲੇ, ਮਾਂ, ਰਾਜਮਾਂ ਤੇ ਹੋਰ ਕਈ ਭਾਂਤੇ ਅਨਾਜ ਸਨ। ਸੁਖਨੰਦਰ ਨੂੰ ਤੋਲ-ਤੋਲ ਕੇ ਲੋਕਾਂ ਨੂੰ ਅਨਾਜ ਵੰਡਿਆ ਜਾ ਰਿਹਾ ਸੀ। ਬਾਉ ਦੀ ਮਾਂ ਨੇ ਵੀ ਪੱਲਾ ਵਿਛਾ ਦਿੱਤਾ। ਉਹਨੂੰ ਕਣਕ ਦੀ ਧੜੀ ਮਿਲ ਗਈ। ਉਹ ਸੁਖਨੰਦਰ ਦੀ ਨੰਮੀ ਉਮਰ ਦੀਆਂ ਦੁਆਵਾਂ ਮੰਗਦੀ ਹੋਈ ਉੱਠ ਖੜੀ ਹੋਈ। ਬਾਉ ਨੇ ਨਫ਼ਰਤ ਨਾਲ ਆਪਣੀ ਮਾਂ ਵੱਲ ਵੇਖਿਆ ਜਿਵੇਂ ਕਹਿ ਰਿਆਂ ਹੋ ਗਏ ਤੈਨੂੰ ਕੱਪੜਿਆਂ ਦੀ ਧੁਾਈ ਨਾਲ ਸਬਰ ਨਹੀਂ ਆਉਂਦਾ ਤਾਈਆਂ ਤਾਂ ਹਰੇਕ ਦੀ ਮੈਲ ਧੋਣ ਦਾ ਕੰਮ ਦਿੱਤਾ ਰੱਬ ਨੇ ਤੈਨੂੰ ਤੇ ਤੂੰ ਵੀ ਜਮਾਦਾਰ ਨਹੀਂ ਵਾਂਗ ਜੁੱਤੀਆਂ 'ਚ ਬੈਠਣ ਲਾਇਕ ਹੀ ਤੇਰੀ ਕੁੱਖ 'ਚੋਂ ਪੈਦਾ ਹੋਣ ਵਾਲੇ ਬਾਊ ਨੂੰ ਕੜਕ ਦੀ ਧੁੱਪ 'ਚ ਖੜਾ ਰਹਿਣਾ ਪੈਂਦਾ ਅੱਗੇ ਵਧਨ ਤੇ ਉਹ ਲੋਕ ਉਹਨੂੰ ਚਪੇੜਾਂ ਵਿਖਾਉਂਦੇ ਐ ਹਾਏ ਓਏ ਤੇਰੀਆਂ ਪਾਟੀਆਂ ਬੇਸ਼ਰਮ ਅੱਖਾਂ ਕਣਕ ਨਾਲ ਨਹੀਂ ਕਬਰ ਦੀ ਮਿੱਟੀ ਨਾਲ ਭਰਨੀਆਂ ਮਾਂ ਜਦੋਂ ਕੋਲੋਂ ਦੀ ਲੰਗੀ ਤਾਂ ਬਾਊ ਬੋਲਿਆ ਐ ਯੋ ਫਿਰ ਸੋਚਣ ਲੱਗਾ RAM ਜਾਨੇ ਮੇਰਾ ਜਨਮ ਦਿਨ ਕਿਉਂ ਨਹੀਂ ਆਉਂਦਾ ਮੇਰੀ ਮਾਂ ਮੈਨੂੰ ਕਦੀ ਨਹੀਂ ਤੋਲਦੀ ਤੇ ਜਦੋਂ ਸੁਖਨੰਦਰ ਨੂੰ ਉਹਦੇ ਜਨਮ ਦਿਨ ਉੱਤੇ ਤੋਲ ਕੇ ਅਨਾਜ ਦਿੱਤਾ ਅਨਾਜ ਦੰਦ ਦਿੱਤਾ ਜਾਂਦਾ ਹੈ ਤੇ ਉਹਦੀਆਂ ਸਾਰੀਆਂ ਮੁਸੀਬਤਾਂ ਟਲ ਜਾਂਦੀਆਂ ਨੇ ਉਹਨੂੰ ਸਰਦੀ ਚ ਬਰਫ਼ ਨਾਲੋਂ ਵੱਧ ਠੰਡੇ ਪਾਣੀ ਤੇ ਗਰਮੀਆਂ ਚ ਸਿਰ ਸਾੜ ਦੇਣ ਵਾਲੀ ਧੁੱਪ ਚ ਖੜਾ ਨਹੀਂ ਹੋਣਾ ਪੈਂਦਾ ਵਾਲਾਂ ਚ ਲਾਉਣ ਲਈ ਖਾਸ ਲਖਨਊ ਤੋਂ ਮੰਗਵਾਇਆ ਔਲੇ ਦਾ ਤੇਲ ਮਿਲਦਾ ਤੇ ਜੇ ਪੈਸਿਆਂ ਨਾਲ ਭਰੀ ਰਹਿੰਦੀ ਹੈ ਇਹਦੇ ਉਲਟ ਮੈਂ ਸਾਰਾ ਦਿਨ ਸਾਬਣ ਦੀ ਝੱਗ ਬਣਾਉਂਦਾ ਰਹਿਣਾ ਸੁਖਨੰਦਰ ਇਸ ਲਈ ਪਾਣੀ ਦੇ ਬੁਲਬਲੇਆਂ ਨੂੰ ਪਸੰਦ ਕਰਦਾ ਹੈ ਕਿ ਬੁਲਬਲੇ ਤੇ ਉਹਨਾਂ 'ਚ ਚਮਕਣ ਵਾਲੇ ਰੰਗ ਉਹਨੂੰ ਹਰ ਰੋਜ਼ ਨਹੀਂ ਦੇਖਣੇ ਪੈਂਦੇ ਇੰਜ ਕੱਪੜੇ ਨਹੀਂ ਧੋਣੇ ਪੈਂਦੇ ਸੁੱਖੀ ਦੀ ਦੁਨੀਆ ਨੂੰ ਕਿੰਨੀ ਲੋੜ ਹੈ ਖਾਸ ਕਰਕੇ ਉਹਦੇ ਮਾਂ ਪਿਓ ਨੂੰ ਮੇਰੇ ਮਾਂ ਪਿਓ ਨੂੰ ਮੇਰੀ ਜ਼ਰਾ ਵੀ ਲੋੜ ਨਹੀਂ ਨਹੀਂ ਤਾਂ ਮੈਨੂੰ ਵੀ ਜਨਮ ਦਿਨ ਦੇ ਮੌਕੇ ਤੇ ਇੰਜ ਹੀ ਤੋਲਦੇ ਤੇ ਜਦੋਂ ਦੀ ਨਿੱਕੀ ਪੈਦਾ ਹੋਈਏ ਕਹਿੰਦੇ ਨੇ ਕਿ ਬਿਨਾ ਲੋੜ ਦੇ ਦੁਨੀਆ 'ਚ ਕੋਈ ਪੈਦਾ ਨਹੀਂ ਹੁੰਦਾ। ਇਹ ਬਾਥੂ ਜਿਹੜਾ ਨਾਲ ਦੀ ਨਾਲ ਉੱਗਿਆ ਹੋਇਆ ਹੈ ਦੇਖਣ ਨੂੰ ਇੱਕ ਫਜ਼ੂਲ ਜੀ ਬੂਟੀ ਏ ਤੇ ਜਦੋਂ ਇਹਦੀ ਭੁਰਜੀ ਬਣਦੀ ਏ ਤਾਂ ਮਜ਼ਾ ਹੀ ਆ ਜਾਂਦਾ ਹੈ ਤੇ ਪੂਰੀਆਂ ਬਾਉ ਦੀ ਮਾਂ ਨੇ ਆਵਾਜ਼ ਮਾਰੀ ਬਾਉ ਓ ਬਾਉ ਓਏ ਉਸ ਵੇਲੇ ਸੁਖਨੰਦਰ ਬਾਉ ਵੱਲ ਵੇਖ ਕੇ ਮੁਸਕਰਾ ਰਿਹਾ ਸੀ ਹੁਣ ਬਾਉ ਨੂੰ ਉਮੀਦ ਹੋਈ ਕਿ ਉਹ ਰੱਜ ਕੇ ਦਾਵਤ ਖਾ ਸਕੇਗਾ ਬਾਉ ਉਸ ਚੋਣ ਵਾਲੀ ਧੁੱਪ ਨੂੰ ਵੀ ਭੁੱਲ ਗਿਆ ਜਿਹੜੀ ਮੀਂਹ ਪਿੱਛੋਂ ਥੋੜੇ ਸਮੇਲੇ ਲਈ ਨਿਕਲਦੀ ਹੈ ਤੇ ਉਹਨੇ ਚਿਰਚੀ ਆਪਣੀ ਸਾਰੀ ਗਰਮੀ ਵਿਖਾ ਦੇਣਾ ਚਾਹੁੰਦੀ ਹੈ। ਉਹਨੇ ਮਾਂ ਦੀ ਆਵਾਜ਼ ਤੇ ਕੰਨ ਨਾ ਧਰਿਆ। ਕੰਨ ਧਰਦਾ ਵੀ ਕਿਉਂ? ਮਾਂ ਨੂੰ ਉਹਦੀ ਕੀ ਲੋੜ ਸੀ? ਲੋੜ ਹੁੰਦੀ ਤਾਂ ਉਹਦਾ ਜਨਮ ਦਿਨ ਨਾ ਮਨਾਉਂਦੀ। ਉਹ ਤਾਂ ਸ਼ਾਇਦ ਉਸਦੇ ਨੂਰੋਂਦੀ ਹੋਏਗੀ ਜਿਸ ਤੇ ਉਹ ਜੰਪਿਆ ਸੀ। ਵੈਸੇ ਬਾਥੂ ਦੀ ਪੁਰਜੀ ਖਾਸੀ ਸਵਾਦ ਹੁੰਦੀ ਹੈ। ਬਾਉ ਓਏ, ਉਹ ਬਾਉ ਦੇ ਬੱਚੇ ਸੁਣਦਾ ਕਿਉਂ ਨਹੀਂ? ਬਾਉ ਦੀ ਮਾਂ ਦੀ ਆਵਾਜ਼ ਆਈ। ਬਾਹੂ ਜਾ ਅੱਜ ਇਹ ਮੈਂ ਨਹੀਂ ਆ ਸਕਦਾ ਸੁਖਨੰਦਰ ਨੇ ਕਿਹਾ ਤੇ ਫਿਰ ਇੱਕਦਮ ਵੀ ਇਹਦਾ ਅੰਦਾਜ਼ ਵਿੱਚ ਆਪਣੇ ਸੁਰਖ ਸੁਹੇ ਕੋਟ ਤੇ ਬਾਉ ਵੱਲ ਦੇਖਦਾ ਹੋਇਆ ਬੋਲਿਆ ਕੱਲ ਆਵੇਂ ਭਰਾ ਵੇਖ ਤਾਂ ਨਹੀਂ ਪਿਆ ਅੱਜ ਮੈਨੂੰ ਵੇਲ ਨਹੀਂ ਜਾ ਉਹਨਾਂ ਦਾ ਨੂੰ ਪੂਰੀਆਂ ਮਿਲ ਗਈਆਂ ਸਾਨੂੰ ਜਜਮਾਨੀ ਨੂੰ ਫਰਸ਼ੀ ਸਲਾਮ ਕਰ ਰਹੀ ਸੀ ਤੇ ਬਾਉ ਨੇ ਸੋਚਿਆ ਸੀ ਸ਼ਾਇਦ ਮੁਸਕਰਾਉਂਦਾ ਹੋਇਆ ਸੁਖਨੰਦਰ ਉਹਦੀ ਚੁੱਪ ਚੋਂ ਉਹਦੇ ਮਨ ਦੀ ਗੱਲ ਤਾੜ ਜਾਏਗਾ ਪਰ ਸੁਖਨੰਦਰ ਨੂੰ ਅੱਜ ਬਾਉ ਦਾ ਧਿਆਨ ਕਿੰਜ ਜਾ ਸਕਦਾ ਸੀ ਅੱਜ ਹਰ ਛੋਟੇ ਵੱਡੇ ਨੂੰ ਸੁਖੀ ਦੀ ਲੋੜ ਸੀ पर सुखी ਨੂੰ ਕਿਸੇ ਦੀ ਲੋੜ ਨਹੀਂ ਸੀ ਆਪਣਾ ਉਹ ਡੱਪਣ ਤੇ ਬਾਉ ਦੇ ਸਾਦੇ ਸੜੇ ਟਾਟ ਵਰਗੇ ਕੱਪੜਿਆਂ ਨੂੰ ਵੇਖ ਕੇ ਸ਼ਾਇਦ ਉਹ ਨੂੰ ਨਫ਼ਰਤ ਕਰਨ ਲੱਗਾ ਸੀ ਆਪਣੇ ਆਦੀ ਸੁਭਾਅ ਦਾ ਪ੍ਰਦਰਸ਼ਨ ਕਰਕੇ ਉਹਨੇ ਜਿਵੇਂ ਬਾਉ ਦੀ ਰਹੀ ਸੀ ਹਿੰਮਤ ਵੀ ਮਿੱਟੀ 'ਚ ਮਿਲਾਤੀ ਸੀ ਫਿਰ ਬਾਉ ਦੀ ਮਾਂ ਦੀ ਕੋਰਖਤਾ ਆਵਾਜ਼ ਆਈ ਬਾਉ ਤੇਰਾ ਸੱਤਿਆਨਾਜ਼ ਵੇ ਮੋਤੜੀ ਮਾਰਿਆ ਨਿਕਲ ਆਏ ਤੇਰੀ ਮਾਤਾ ਕਾਲੀ ਆਉਂਦਾ ਕਿਉਂ ਨਹੀਂ ਦੋਸੋਂ ਕੱਪੜੇ ਪਏ ਆ ਲੰਬਰ ਲਾਉਣ ਵਾਲੇ ਤਾਂ ਰੋ ਰਹੀਆਂ ਤੇਰੀ ਜਾਨ ਨੂੰ ਬਾਊ ਨੂੰ ਇੰਜ ਮਹਿਸੂਸ ਹੋਇਆ ਕਿ ਨਾ ਸਿਰਫ ਸੁਖਨੰਦਰ ਨੇ ਹੀ ਉਹਦੇ ਜਜ਼ਬਾਤ ਨੂੰ ਠੇਸ ਪਹੁੰਚਾਈ ਹੈ ਉਸ ਨਾਲ ਕਦੀ ਨਹੀਂ ਖੇਡੇਗਾ ਬਲਕਿ ਉਹਦੀ ਮਾਂ ਵੀ ਜਿਹਦੇ ਪੇਟੋਂ ਐਵੇਂ ਹੀ ਪੈਦਾ ਹੋਇਆ ਸੀ ਜਿਸ ਤੋਂ ਉਹਨੂੰ ਦੁਨੀਆ 'ਚ ਸਭ ਤੋਂ ਵੱਧ ਪਿਆਰ ਦੀ ਉਮੀਦ ਸੀ ਉਸ ਨਾਲ ਅਜਿਹਾ ਸਲੋਕ ਕਰ ਰਹੀ ਹੈ ਕਾਸ਼ ਮੈਂ ਇਸ ਦੁਨੀਆ 'ਚ ਪੈਦਾ ਹੀ ਨਾ ਹੋਇਆ ਹੁੰਦਾ ਜੇ ਹੁੰਦਾ ਤਾਂ ਇੰਜ ਬਾਊ ਨਾ ਹੁੰਦਾ ਤੇ ਮੇਰੀ ਮਿੱਟੀ ਇੰਜ ਖਰਾਬ ਨਾ ਹੁੰਦੀ ਕਿ ਮੈਂ ਸੁਖੀ ਨਾਲੋਂ ਅਕਲ ਤੇ ਸ਼ਕਲ 'ਚ ਵੱਧ ਚੜ ਕੇ ਨਹੀਂ